ਅੱਜ ਦੋ ਤਿੰਨ ਪੰਜਾਬ ਦੇ ਅਹਿਮ ਇਸ਼ੂਜ਼ ਨੇ ਜਿਹਦੇ 'ਤੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ। ਸਭ ਤੋਂ ਪਹਿਲਾਂ ਮੈਂ ਗੱਲ ਸ਼ੁਰੂ ਕਰੂੰਗਾ ਜਿਹੜੀ ਅਰਸੇ ਤੋਂ ਆਮ ਆਦਮੀ ਪਾਰਟੀ ਦੀ ਆਪਸੀ ਤਾਲਮੇਲ ਅਤੇ ਯੂਨਿਟੀ ਦੀ ਗੱਲ ਚੱਲ ਰਹੀ ਸੀ। ਤੁਸੀਂ ਜੇ ਅਗਰ ਮੇਰੇ ਹੱਥ ਵਿੱਚ ਕਾਗਜ਼ ਫੜਿਆ, ਅੱਜ ਜਿਹੜੇ ਮੈਂ ਪੁਆਇੰਟਸ ਲਿਖੇ ਸੀਗੇ ਮੀਟਿੰਗ ਕਰਨ ਵਾਸਤੇ, ਔਰ ਉਹਦੇ ਤੋਂ ਬਾਅਦ ਛੋਟੇ ਪੁਆਇੰਟਸ ਲਿਖ ਲੈਣਾ ਜਿਹੜਾ ਕਿ ਅਸੀਂ ਮੀਡੀਆ ਨੂੰ ਅਸੀਂ ਗੱਲ ਕਹਿਣੀ ਆ, ਉਹਦੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੁਆਇੰਟ ਇਹ ਸੀਗਾ ਕਿ ਜਿਹੜੀ ਸਾਡੀ ਆਪਸ ਵਿੱਚ ਯੂਨਿਟੀ ਦੀ ਗੱਲ ਚੱਲਦੀ ਸੀਗੀ, ਉਸ ਨੂੰ ਹੋਰ ਅੱਗੇ ਲਿਜਾਉਣ ਵਾਸਤੇ ਅੱਜ ਦੀ ਮੀਟਿੰਗ ਵਿੱਚ ਅਸੀਂ ਤੈਅ ਕਰਨਾ ਸੀਗਾ, ਪ੍ਰਪੋਜ਼ਲ ਸੀਗੀ, ਗੱਲਬਾਤ ਹੋ ਗਈ ਸੀਗੀ ਕਿ ਆਪਾਂ ਆਪਣੀ ਜਿਹੜੀ ਐਡਹੋਕ ਪੋਲੀਟੀਕਲ ਅਫੇਅਰਸ ਕਮੇਟੀ ਹੈ 15 ਮੈਂਬਰਸ ਦੀ, ਅੱਜ ਉਸ ਨੂੰ ਅਸੀਂ ਭੰਗ ਕਰਨਾ ਸੀਗਾ। ਔਰ ਨਾਲ ਫਿਰ ਸਾਡੇ ਜਿਹੜੇ ਕੋਲੀਗਸ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਤੋਂ ਪ੍ਰੇਰਿਤ ਨੇ, ਉਹਨਾਂ ਨੂੰ ਸੱਦਾ ਦੇਣਾ ਸੀਗਾ ਕਿ ਅਸੀਂ ਆਪਣੀ ਪੋਲੀਟੀਕਲ ਅਫੇਅਰਸ ਕਮੇਟੀ ਯਾਨੀ ਕਿ PAC ਅਸੀਂ ਭੰਗ ਕਰ ਦਿੱਤੀ ਆ, ਅਤੇ ਤੁਸੀਂ ਵੀ ਆਪਣੀ ਜਿਹੜੀ ਕੋਰ ਕਮੇਟੀ ਬਣਾਈ ਆ ਉਸ ਨੂੰ ਇੱਕ ਵਾਰ ਭੰਗ ਕਰਕੇ ਅਤੇ ਟੇਬਲ ਦੇ ਉੱਤੇ ਬੈਠ ਕੇ ਆਪਾਂ ਆਪਣੀ ਪਾਰਟੀ ਦੇ ਯੂਨਿਟੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੀਏ। ਇਸ ਲੈਵਲ ਤੱਕ ਅਸੀਂ ਏਕਤਾ ਦੇ ਵਾਸਤੇ ਚਾਰਾਜੋਈ ਅਤੇ ਵਿਚਾਰ ਵਟਾਂਦਰਾ ਕੀਤਾ ਸੀਗਾ। ਸਭ ਤੋਂ ਪਹਿਲਾ ਪੁਆਇੰਟ ਇਹ ਲਿਖਿਆ PAC ਟੂ ਡਿਜ਼ੋਲਵ PAC ਟੂ ਕੰਪਲੀਟ ਯੂਨਿਟੀ ਐਫਰਟਸ, ਦਿਸ ਵਾਜ਼ ਦ ਪੁਆਇੰਟ ਦੈਟ ਆਈ ਹੈਡ ਰਿਟਨ। ਪਰ ਮੈਨੂੰ ਬੜਾ ਦੁੱਖ ਹੋਇਆ ਸਾਨੂੰ ਸਾਰਿਆਂ ਨੂੰ ਜਦੋਂ ਅਸੀਂ ਲਗਭਗ 11:30 ਵਜੇ ਸਾਡੇ ਕੋਲ ਖਬਰ ਪਹੁੰਚ ਗਈ ਸੀਗੀ ਕਿ ਸਾਡੇ ਜਿਹੜੇ ਸਤਿਕਾਰਯੋਗ ਕੁਲੀਗਸ ਨੇ ਜਿਹੜੇ ਦਿੱਲੀ ਸਪੋਂਸਰਡ ਨੇ, ਉਹਨਾਂ ਨੇ ਇੱਕ ਤਰਫਾ ਯਾਨੀ ਕਿ ਯੂਨੀਲੈਟਰਲੀ 5 ਕੈਂਡੀਡੇਟਸ ਲੋਕ ਸਭਾ ਦੇ ਅਨਾਊਂਸ ਕਰ ਦਿੱਤੇ ਨੇ। ਇਹ ਜਿਹੜੀ ਅਨਾਊਂਸਮੈਂਟ ਹੈ, ਇੱਥੋਂ ਸਾਨੂੰ ਹੁਣ ਜਾਂ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ, ਵਿਸ਼ਵ 'ਚ ਬੈਠੇ ਸਤਿਕਾਰਯੋਗ ਸਾਰੇ ਪੰਜਾਬ ਦੇ ਲੋਕ, ਉਹ ਲੋਕ ਜਿਹੜੇ ਆਮ ਆਦਮੀ ਪਾਰਟੀ ਨੂੰ ਇਕੱਠਾ ਦੇਖਣਾ ਚਾਹੁੰਦੇ ਸੀਗੇ, ਇਹ ਹੁਣ ਤੁਹਾਡੀ ਕਚਹਿਰੀ ਵਿੱਚ ਇਹ ਫੈਸਲਾ ਹੈ ਕਿ ਕੀ ਤੁਹਾਨੂੰ ਲੱਗਦਾ ਵਾ ਕਿ ਇੱਕ ਪਾਸੇ ਆਪਾਂ ਯੂਨਿਟੀ ਦੀ ਗੱਲ ਕਰ ਰਹੇ ਹਾਂ, ਇੱਕ ਪਾਸੇ ਅਸੀਂ 5 ਲੋਕ ਸਭਾ ਦੇ ਉਮੀਦਵਾਰ ਐਲਾਨ ਕਰ ਰਹੇ ਹਾਂ। ਜਾਂ ਤਾਂ ਹੁੰਦਾ ਨਾ ਕਿ ਕਾਗਜ਼ ਦਾਖਲ ਕਰਨ ਦਾ ਸਮਾਂ ਲੰਘ ਰਿਹਾ, ਯਾਨੀ ਕਿ ਕੱਲ੍ਹ ਲਾਸਟ ਡੇਟ ਹੈ, ਇਸ ਲਈ ਅੱਜ ਹੀ 5 ਉਮੀਦਵਾਰ ਐਲਾਨਣੇ ਲੋਕ ਸਭਾ ਦੇ ਬਹੁਤ ਜ਼ਰੂਰੀ ਆ, ਕਿਤੇ ਉਹਨਾਂ ਦੀ ਪੇਪਰ ਫਾਈਲਿੰਗ ਨਾ ਰਹਿ ਜੇ। ਪਰੰਤੂ 6-6.5 ਮਹੀਨੇ ਅੱਜ ਇਲੈਕਸ਼ਨਾਂ ਨੂੰ ਪਏ ਨੇ, ਔਰ ਉਹਨਾਂ ਨੇ ਇੱਕ ਤਰਫਾ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਪੰਜਾਬ ਦੇ ਵਿੱਚ 5 ਐਲਾਨ ਕਰਕੇ ਸਾਨੂੰ ਵੀ ਸੰਕੇਤ ਇਹ ਦਿੱਤਾ ਵਾ, ਸੁਣਿਆ ਦਿੱਤਾ, ਅਸੀਂ ਸਮਝੀਏ ਨਾ ਸਮਝੀਏ, ਲੋਕ ਸਮਝਣ ਜਾਂ ਨਾ ਸਮਝਣ, ਸੁਣਿਆ ਉਹਨਾਂ ਨੇ ਸਾਨੂੰ ਇਹ ਦਿੱਤਾ ਵਾ ਕਿ ਅੱਜ ਤੋਂ ਬਾਅਦ ਤੁਹਾਡੇ ਵਾਸਤੇ ਯੂਨਿਟੀ ਦੇ ਦਰਵਾਜ਼ੇ ਸਦਾ ਵਾਸਤੇ ਬੰਦ ਕੀਤੇ ਜਾਂਦੇ ਨੇ, ਸਦਾ ਵਾਸਤੇ ਬੰਦ ਕੀਤੇ ਜਾਂਦੇ ਨੇ। ਬਹੁਤ ਦੁੱਖਦਾਈ ਇਹ ਸਾਰੇ ਆਮ ਇਲੈਕਟੋਰੇਟ ਦੀਆਂ ਭਾਵਨਾਵਾਂ ਦੇ ਨਾਲ ਇੱਕ ਮਜ਼ਾਕ ਆ, ਇੱਕ ਖਿਲਵਾੜ ਆ। ਇਹਦੇ ਬਾਵਜੂਦ ਅਸੀਂ ਫਿਰ ਵੀ ਹੀਆਂ ਰੱਖਦਿਆਂ ਇਸ ਨੂੰ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ, ਕੋਈ ਕਿਸੇ ਤਰ੍ਹਾਂ ਦਾ ਸਾਡੀ ਕੋਈ ਵੀਕਨੈਸ ਨਾ ਸਮਝੀ ਜਾਵੇ। ਸਾਡਾ ਅਲਟੀਮੇਟਮ ਉਹਨਾਂ ਦੇ ਕੋਲ 1 ਨਵੰਬਰ 2018 ਤੱਕ ਸੀਗਾ ਕਿ ਤੁਸੀਂ ਆਪਣੀਆਂ ਗਲਤੀਆਂ ਸੁਧਾਰ ਕੇ ਆ ਜਾਓ, ਅਸੀਂ ਤੁਹਾਡੇ ਨਾਲ ਖੁੱਲ੍ਹੇ ਬੈਠ ਕੇ ਵਿਚਾਰ ਕਰਕੇ ਅਤੇ ਯੂਨਿਟੀ 'ਤੇ ਚਰਚਾ ਕਰਾਂਗੇ। ਅਸੀਂ ਉਹ ਜਿਹੜਾ ਅਲਟੀਮੇਟਮ ਹੈ, ਹੁਣ ਅਸੀਂ PAC ਤਾਂ ਨਹੀਂ ਭੰਗ ਕਰ ਸਕਦੇ ਕਿਉਂਕਿ ਐਂ ਲੱਗੇਗਾ ਕਿ ਜਿੱਦਾਂ ਅਸੀਂ ਕੋਈ ਗੋਡੇ ਟੇਕ ਰਹੇ ਹਾਂ,
ਪਰੰਤੂ ਉਹ ਜਿਹੜਾ ਅਲਟੀਮੇਟਮ ਸੀਗਾ 1 ਨਵੰਬਰ ਦਾ, ਅਸੀਂ 1 ਹਫ਼ਤਾ ਹੋਰ ਇਸ ਨੂੰ ਐਕਸਟੈਂਡ ਕਰਾਂਗੇ ਇਨ ਦਾ ਲਾਰਜਰ ਇੰਟਰਸਟ ਆਫ ਪੰਜਾਬ, ਨਾਟ ਇਨ ਦੀ ਇੰਟਰਸਟ ਆਫ ਦੀਸ ਸੋ ਕਾਲਡ ਨੈਰੋ ਮਾਈਂਡਡ ਪੀਪਲ, ਬਟ ਇਨ ਦਾ ਲਾਰਜਰ ਇੰਟਰਸਟ ਆਫ ਪੰਜਾਬ, ਪੰਜਾਬ ਦੇ ਵਡੇਰੇ ਹਿੱਤਾਂ ਦੇ ਵਾਸਤੇ ਅਸੀਂ 8 ਨਵੰਬਰ ਤੱਕ ਯੂਨਿਟੀ ਦੇ ਇਸ ਐਫਰਟਸ ਨੂੰ ਦੁਬਾਰਾ ਦਰਵਾਜ਼ਿਆਂ ਨੂੰ ਅਸੀਂ ਖੁੱਲ੍ਹਾ ਛੱਡਦੇ ਹਾਂ। ਔਰ ਜਿਹੜਾ ਇਹ ਕਿਹਾ ਜਾ ਰਿਹਾ ਕਿ 5 ਸੀਟਾਂ ਐਲਾਨ ਦਿੱਤੀਆਂ ਹਲੇ ਵੀ ਗੁੰਜਾਇਸ਼ ਹੈ, ਇਹ ਸਾਡੇ ਨਾਲ ਵੀ ਮਜ਼ਾਕ ਹੈ, ਕਿਉਂਕਿ ਗੱਲ ਕੀ ਕਰ ਰਹੇ ਅਸੀਂ, ਗੱਲ ਵਿਚਾਰਧਾਰਕ ਹੋ ਰਹੀ ਆ, ਸੀਟਾਂ ਦੀ ਗੱਲ ਨਹੀਂ ਹੋ ਰਹੀ। ਗੱਲ ਇਹ ਹੋ ਰਹੀ ਸੀਗੀ ਕਿ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 100% ਖੁਦਮੁਖਤਿਆਰੀ ਨਾਲ ਆਪਣੀ ਪਾਰਟੀ ਚਲਾ ਸਕਦੀ ਹੈ, ਔਰ ਇਹਦੀ ਲੋੜ ਇਸ ਲਈ ਪਈ ਕਿਉਂਕਿ 2017 ਦਾ ਦਿੱਲੀ ਵੱਲੋਂ ਚਲਾਇਆ ਗਿਆ ਤਜਰਬਾ ਬਿਲਕੁਲ ਮੁਕੰਮਲ ਤੌਰ ਤੇ ਫੇਲ ਹੋ ਗਿਆ ਸੀਗਾ। ਪਰ ਉਹਨਾਂ ਨੇ ਇਹ ਸਾਰੀਆਂ ਗੱਲਾਂ ਨੂੰ ਛਿੱਕੇ ਤੇ ਟੰਗ ਕੇ ਆਪੇ ਹੀ ਉਹ ਜਿਹੜੇ ਵਡੇਰੇ ਇਸ਼ੂ ਸੀਗੇ, ਜਿਹੜੇ ਆਈਡੀਓਲੋਜੀਕਲ ਇਸ਼ੂ ਸੀਗੇ ਕਿ ਕੀ ਖੁਦਮੁਖਤਿਆਰੀ ਨਾਲ ਚਲਾਈ ਜਾ ਸਕਦੀ ਹੈ, ਔਰ ਖੁਦਮੁਖਤਿਆਰੀ ਨਾਲ ਚਲਾਉਣ ਵਾਸਤੇ ਜਿਹੜਾ ਪਾਰਟੀ ਦਾ ਢਾਂਚਾ ਬਣਿਆ ਸੀਗਾ, ਜਿਹੜਾ ਕਿ ਸਾਡੇ ਮੁਤਾਬਕ ਔਰ ਪੰਜਾਬ ਦੇ ਲੋਕਾਂ ਦੇ ਮੁਤਾਬਕ ਡਿਫੰਕਟ ਢਾਂਚਾ ਸੀ, ਜਿਹੜਾ ਲਗਾਤਾਰ ਸ਼ਰਮਨਾਕ ਹਾਰਾਂ ਹੋਈਆਂ, ਚਾਹੇ ਸ਼ਾਹਕੋਟ ਤੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀਆਂ, ਉਹ ਗੱਲਾਂ ਸਾਰੀਆਂ ਨੂੰ ਅਸੂਲਾਂ ਨੂੰ ਸਾਈਡ ਤੇ ਰੱਖ ਕੇ ਹੁਣ ਜਦੋਂ ਮੀਡੀਆ ਪੁੱਛਦਾ ਵਾ ਕਿ ਉਹਨਾਂ ਨਾਲ ਤੁਹਾਡੀ ਗੱਲ ਚੱਲਦੀ, ਕਹਿੰਦੇ ਹਾਂਜੀ ਹਲੇ ਅਸੀਂ 8 ਸੀਟਾਂ ਅਨਾਊਂਸ ਕਰਨੀਆਂ, ਇਹ ਕਿਸੇ ਨੂੰ ਕੰਡਿਆਂ ਤੇ ਘੜੀਸਣ ਦੇ ਬਰਾਬਰ ਹੁੰਦਾ ਵਾ। ਅਸੀਂ ਐਡੇ ਬੇਗੈਰਤੇ, ਐਡੇ ਗਿਰੇ ਹੋਏ, ਐਡੇ ਲਾਲਚੀ ਨਹੀਂ ਗਏ ਕਿ ਅਸੀਂ ਤੁਹਾਡੀਆਂ ਸੀਟਾਂ ਦੇ ਮਗਰ ਭੱਜੀਏ, ਜਿਹੜੀਆਂ ਸੀਟਾਂ ਅੱਜ ਦੀ ਡੇਟ ਵਿੱਚ ਅਗਰ ਤੁਸੀਂ ਇਕੱਲੇ ਲੜਦੇ ਹੋ ਤਾਂ ਜ਼ਮਾਨਤਾਂ ਜ਼ਬਤ ਹੋਣ ਵਾਲੇ ਪਾਸੇ ਜਾ ਰਹੀਆਂ ਨੇ। ਅੱਛੀ ਤਰ੍ਹਾਂ ਸਮਝ ਲਓ, ਜੇ ਤੁਹਾਨੂੰ ਨਹੀਂ ਲੋਕਾਂ ਦੀ ਆਵਾਜ਼ ਥੱਲਿਓ ਜ਼ਮੀਨ ਤੋਂ ਸਮਝ ਆ ਰਹੀ ਤਾਂ ਇੱਕ ਵਾਰ ਅੱਛੀ ਤਰ੍ਹਾਂ ਉਹਨਾਂ ਦੀ ਆਵਾਜ਼ ਸੁਣ ਲਓ। ਜਿਸ ਢੰਗ ਦੇ ਨਾਲ ਤੁਸੀਂ ਇੱਕ ਤਰਫਾ ਆਪ ਹੁਦਰਾ ਯੂਨੀਲੈਟਰਲ ਅਨਾਊਂਸਮੈਂਟ ਕਰ ਰਹੇ ਹੋ, ਇਸ ਨਾਲ ਯੂ ਆਰ ਹੈਡਿੰਗ ਟੂਵਰਡਸ ਕੰਪਲੀਟ ਕ੍ਰੈਸ਼ ਇਨ ਪੰਜਾਬ, ਕੰਪਲੀਟ ਮਾਰਜਨਲਾਈਜੇਸ਼ਨ ਆਫ ਦੀ ਪਾਰਟੀ ਇਨ ਪੰਜਾਬ, ਔਰ ਕਿਸੇ ਵੀ ਸੀਟ ਤੇ ਸਮੇਤ ਵੱਡੇ ਵੱਡੇ ਜਿਹੜੇ ਸਟਾਰ ਕੈਂਡੀਡੇਟਸ ਨੇ, ਇਟ ਵਿਲ ਬੀ ਵੈਰੀ ਡਿਫੀਕਲਟ ਟੂ ਸੇਵ ਦੀ ਡਿਪੋਜ਼ਿਟਸ ਅੰਡਰ ਦੀਸ ਸਰਕਮਸਟਾਂਸਿਸ। ਥੋੜ੍ਹਾ ਜਿਹਾ ਜੋ ਪਿੱਛੇ ਗੱਲਬਾਤ ਹੋਈ ਉਹਦੇ ਤੇ ਚਾਨਣਾ ਪਾ ਕੇ ਮੈਂ ਮਾਈਕ ਦਿੰਦਾ ਵਾਂ ਸੰਧੂ ਸਾਹਿਬ ਨੂੰ। ਉਹਦੇ 'ਚ ਇਹ ਕਹਿਣਾ ਚਾਹੁੰਦਾ ਵਾਂ ਕਿ ਜਿਹੜਾ ਪਿਛਲੀ ਵਾਰ ਗੱਲਬਾਤ ਹੋਈ ਸੀਗੀ ਉਦੋਂ ਵੀ ਅਸੀਂ ਇਹ ਓਬਜੈਕਸ਼ਨ ਲਿਆ ਸੀਗਾ ਕਿ ਇੱਕ ਪਾਸੇ ਤੁਸੀਂ ਗੱਲ ਕਰ ਰਹੇ ਹੋ ਅਤੇ ਦੂਜੇ ਪਾਸੇ ਤੁਸੀਂ 14 ਅਹੁਦੇਦਾਰਾਂ ਦਾ ਐਲਾਨ ਕਰ ਰਹੇ ਹੋ, ਦਿਸ ਇਜ਼ ਡਬਲ ਸਟੈਂਡਰਡਸ, ਦੈਟ ਇਜ਼ ਆਲ ਵੀ ਸੈਡ। ਔਰ ਉਹਨਾਂ ਨੂੰ ਕਿਹਾ ਸੀਗਾ ਕਿ ਆਪਣੇ 14 ਅਹੁਦੇਦਾਰਾਂ ਦੀ ਜਿਹੜੀ ਲਿਸਟ ਹੈ ਉਹ ਵਾਪਸ ਲੈ ਕੇ ਅਤੇ ਆਮ ਆਦਮੀ ਪਾਰਟੀ ਦੇ ਸਾਡੇ ਕਮਰ ਸੰਧੂ ਹੋਣਾ ਦੀ ਜਿਹੜੀ ਕਮੇਟੀ ਬਣਾਈ ਗਈ ਉਹਦੇ ਨਾਲ ਗੱਲਬਾਤ ਸ਼ੁਰੂ ਕਰ ਲਓ। ਪਰ ਸਾਨੂੰ ਤਾਂ ਅੱਜ ਬਿਲਕੁਲ ਹੈਰਾਨਗੀ ਇਹ ਹੋਈ ਕਿ ਜਦੋਂ ਉਹਨਾਂ ਨੇ ਸਾਰੀਆਂ ਗੱਲਾਂ ਜਿੱਦਾਂ ਕਹਿੰਦੇ ਹੁੰਦੇ ਕਿ ਦੇ ਹੈਵ ਪੁਸ਼ਡ ਆਲ ਦਾ ਯੂਨਿਟੀ ਟਾਕਸ ਅੰਡਰ ਦਾ ਕਾਰਪੇਟ, ਦੇ ਹੈਵ ਬਿਹੇਵ ਵੈਰੀ ਵੈਰੀ ਐਰੋਗੈਂਟਲੀ, ਇੰਨਾ ਤਾਂ ਮੇਰਾ ਖਿਆਲ ਆ ਹੰਕਾਰ ਸ਼ਾਇਦ ਸੁਖਬੀਰ ਸਿੰਘ ਬਾਦਲ ਅਤੇ ਅੱਜ ਕੈਪਟਨ ਅਮਰਿੰਦਰ ਸਿੰਘ ਵਿੱਚ ਨਜ਼ਰ ਨਹੀਂ ਆਉਂਦਾ ਜਿੰਨੇ ਸਾਡੇ ਆਗੂ, ਔਰ ਉਹਨਾਂ ਨੇ ਜਿਹੜੇ ਝੂਠ ਬੋਲੇ ਨੇ ਮੈਂ ਉਹ ਸੰਧੂ ਸਾਹਿਬ ਨੂੰ ਬਾਅਦ 'ਚ ਕਹੂੰਗਾ ਕਿ ਉਹ ਤੁਹਾਡੇ ਨਾਲ ਥੋੜ੍ਹੇ ਸ਼ੇਅਰ ਕਰਨਗੇ। ਉਹ ਤੋਂ ਇਲਾਵਾ ਮੈਂ ਅੱਜ ਕਹਿਣਾ ਚਾਹੁੰਦਾ ਕਿ ਬੜੇ ਦੁੱਖ ਦੀ ਗੱਲ ਹੈ ਕਿ 34 ਸਾਲ ਬੀਤ ਜਾਣ ਤੋਂ ਬਾਅਦ ਅੱਜ ਵੀ ਜਿਹੜਾ ਸਿੱਖ ਕਤਲੇਆਮ ਹੋਇਆ ਸੀ 1984 ਵਿੱਚ ਦਿੱਲੀ ਸਮੇਤ ਭਾਰਤ ਦੇ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਉਹਦੇ ਵਿੱਚ ਕਿਸੇ ਨੂੰ ਅੱਜ ਤੱਕ ਇਨਸਾਫ ਨਹੀਂ ਦਿੱਤਾ ਗਿਆ। 34 ਸਾਲ ਕੋਈ ਥੋੜ੍ਹਾ ਸਮਾਂ ਨਹੀਂ ਹੈ। ਇਟ ਇਜ਼ ਕਾਮਨਲੀ ਸੈਡ ਦੈਟ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਔਰ
34 ਸਾਲਾਂ ਦੇ ਵਿੱਚ ਇਹ ਜਿਹੜਾ ਬੇਇਨਸਾਫੀ ਆ ਇਹ ਦਰਸਾਉਂਦਾ ਵਾ ਕਿ ਭਾਰਤ ਦਾ ਕ੍ਰਿਮੀਨਲ ਜਸਟਿਸ ਸਿਸਟਮ ਕੋਲੈਪਸ ਹੋ ਚੁੱਕਾ ਵਾ। ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਨਸਾਫ ਪਸੰਦੀ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਇਹ ਨਾ ਸਿਰਫ ਕਾਂਗਰਸ 'ਤੇ ਧੱਬਾ ਵਾ, ਇਹ ਨਾ ਸਿਰਫ ਮੌਕੇ ਦੀਆਂ ਕੇਂਦਰ ਦੀ ਸਰਕਾਰਾਂ 'ਤੇ ਧੱਬਾ ਵਾ, ਬਲਕਿ ਇਹ ਹਿੰਦੁਸਤਾਨ ਦੇ ਜਮਹੂਰੀਅਤ ਦੇ ਢਾਂਚੇ ਦੇ ਉੱਤੇ ਕਾਲਾ ਧੱਬਾ ਵਾ। ਔਰ ਇਹ ਕਾਲਾ ਧੱਬਾ ਉਦੋਂ ਤੱਕ ਰਹੇਗਾ ਜਦੋਂ ਤੱਕ ਇਹ ਇਸ ਕਤਲੇਆਮ ਦਾ ਇਨਸਾਫ ਨਹੀਂ ਦਿੱਤਾ ਜਾਵੇਗਾ। ਇਸ ਲਈ ਇਸ ਇਨਸਾਫ ਪਸੰਦੀ ਦੀ ਲੜਾਈ ਵਿੱਚ ਹਿੱਸਾ ਪਾਉਣ ਲਈ ਸਾਡੇ ਆਮ ਆਦਮੀ ਪਾਰਟੀ ਦੇ MLA ਪਰਸੋਂ 1 ਨਵੰਬਰ ਨੂੰ ਠੀਕ 11 ਵਜੇ 17 ਸੈਕਟਰ ਦੇ ਜਿਹੜਾ ਸ਼ੋਪਿੰਗ ਪਲਾਜ਼ਾ ਉਹਦੇ ਸੈਂਟਰ ਦੇ ਵਿੱਚ ਦਰੀਆਂ ਵਿਛਾ ਕੇ ਲਗਭਗ 100 ਦੀ ਗਿਣਤੀ ਵਿੱਚ ਅਸੀਂ ਆਪਣਾ ਰੋਸ ਦਰਜ ਕਰਾਵਾਂਗੇ, ਅਸੀਂ ਆਪਣਾ ਵਿਰੋਧ ਦਰਜ ਕਰਾਵਾਂਗੇ ਅਤੇ ਇਨਸਾਫ ਪਸੰਦੀ ਹੋਣੀ ਚਾਹੀਦੀ ਆ। ਇਹ ਇੱਕ ਵਾਰ ਫਿਰ ਕੇਂਦਰ ਦੀਆਂ ਸਰਕਾਰਾਂ ਨੂੰ ਯਾਦ ਕਰਾਵਾਂਗੇ, ਅਕਾਲੀਆਂ ਨੂੰ ਵੀ ਯਾਦ ਕਰਾਵਾਂਗੇ ਕਿ ਠੀਕ ਹੈ ਤੁਸੀਂ ਜਾ ਕੇ 5 ਤਰੀਕ ਨੂੰ ਜਾਂ 4 ਤਰੀਕ ਨੂੰ ਦਿੱਲੀ ਜੰਤਰ ਮੰਤਰ ਵਿਖੇ ਰੱਖਿਆ ਵਾ, ਪਰ ਜੰਤਰ ਮੰਤਰ ਦੇ ਜਾਣ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੂੰ ਕਵੇ ਕਿ ਕੈਬਨਿਟ ਦੇ ਵਿੱਚ ਖੜੀ ਹੋ ਕੇ ਸਟੈਂਡ ਲਵੇ ਕਿ ਇਹ ਸਾਰੇ 84 ਦੇ ਸਿੱਖ ਕਤਲੇਆਮ ਦੀ ਭਾਰਤੀ ਜਨਤਾ ਪਾਰਟੀ ਬਤੌਰ ਗਵਰਨਮੈਂਟ ਆਫ ਇੰਡੀਆ ਮਾਫੀ ਮੰਗੇ ਔਰ ਜਿਹੜੇ ਵਿਕਟਮਸ ਨੇ ਸਾਰੇ ਦੇਸ਼ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬਲਾਤਕਾਰ ਹੋਏ, ਕਤਲੇਆਮ ਹੋਏ, ਟਾਇਰ ਪਾਏ ਗਏ, ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਸੋ ਅਕਾਲੀਆਂ ਦਾ ਦੋਗਲਾ ਚਿਹਰਾ ਵੀ ਪਰਸੋਂ ਨੂੰ 1 ਤਰੀਕ ਨੂੰ ਅਸੀਂ 17 ਸੈਕਟਰ ਦੇ ਪਲਾਜ਼ੇ ਦੇ ਪ੍ਰੋਗਰਾਮ ਦੇ ਵਿੱਚ ਉਸ ਨੂੰ ਬੇਨਕਾਬ ਕਰਾਂਗੇ। ਇਹ ਪ੍ਰੋਟੈਸਟ 2 ਤੋਂ ਲੈ ਕੇ 3 ਘੰਟੇ ਦਾ ਅਸੀਂ ਕਰਾਂਗੇ ਤਾਂ ਕਿ ਕਿਸੇ ਨੂੰ ਵਿਘਨ ਨਾ ਪਵੇ, ਕੋਈ ਕਿਸੇ ਨੂੰ ਡਿਸਟਰਬ ਨਹੀਂ ਕਰਨਾ, ਮਹਿਜ਼ ਦਰੀਆਂ ਵਿਛਾ ਕੇ ਥੱਲੇ ਬੈਠ ਕੇ ਸਿੰਬੋਲਿਕ ਤੌਰ 'ਤੇ ਆਪਣੀ ਗੱਲ ਪਹੁੰਚਾਉਣੀ ਆ ਇਸ ਭਾਰਤ ਦੀ ਸਰਕਾਰ ਤੱਕ ਅਤੇ ਵਿਸ਼ਵ 'ਚ ਬੈਠੇ ਲੋਕਾਂ ਤੱਕ। ਤੀਸਰਾ ਸੀਗਾ ਕਿ ਗੈਰ ਕਾਨੂੰਨੀ ਮਾਈਨਿੰਗ। ਤੁਸੀਂ ਦੇਖੋਗੇ ਕਿ ਅੱਜ ਨੈਸ਼ਨਲ ਨਿਊਜ਼ ਪੇਪਰਸ ਨੇ ਫਰੰਟ ਪੇਜ ਸਟੋਰੀਜ਼ ਕੈਰੀ ਕੀਤੀਆਂ ਨੇ, ਫਰੰਟ ਪੇਜ, ਐਂਡ ਦੇ ਆਰ ਸੇਇੰਗ ਮਾਊਂਟਸ ਆਫ ਸੈਂਡ ਔਨ ਸਤਲੁਜ ਬੈਂਕਸ ਮਾਈਨਿੰਗ ਮਾਫੀਆ ਡਿਗਸ ਇਨ। ਅਗਮਪੁਰ ਪਿੰਡ ਹੈ ਅਨੰਦਪੁਰ ਸਾਹਿਬ ਦੇ ਵਿੱਚ ਜਿੱਥੇ ਸਤਲੁਜ ਦੇ ਦਰਿਆ ਦੇ ਵਿੱਚ 40-40% ਟੋਏ ਪਾ ਦਿੱਤੇ ਗਏ ਨੇ, ਗੈਰ ਕਾਨੂੰਨੀ ਮਾਈਨਿੰਗ ਕੀਤੀ ਗਈ। ਸਾਰੇ ਦਰਿਆ ਦੇ ਵਿੱਚ ਟਰੱਕਾਂ ਅਤੇ ਟਿੱਪਰਾਂ ਦੇ ਵਾਸਤੇ ਵਿਸ਼ੇਸ਼ ਥਾਂ ਬਣਾਇਆ ਗਿਆ ਵਾ ਔਰ ਅੱਜ ਵੀ ਮਾਈਨਿੰਗ ਜਿਹੜੀ ਆ ਉਹ ਸਰਕਾਰ ਦੇ ਨੱਕ ਦੇ ਥੱਲੇ ਜਿਉਂ ਦੀ ਤੋਂ ਮਾਈਨਿੰਗ ਮਾਫੀਆ ਲੁੱਟ ਕਸੁੱਟ ਸਾਡੇ ਕੁਦਰਤੀ ਸਰੋਤ ਦੀ ਕਰ ਰਹੀ ਆ। ਔਰ ਇਹ ਜਿਹੜਾ ਲੁੱਟ ਕਸੁੱਟ ਹੋ ਰਹੀ ਆ ਇਹ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਮਾਈਨਿੰਗ ਮਾਫੀਆ ਨੂੰ ਭਜਾ ਦਿੱਤਾ ਪੰਜਾਬ 'ਚੋਂ, ਗੈਰ ਕਾਨੂੰਨੀ ਮਾਈਨਿੰਗ ਖਤਮ ਕਰਤੀ, ਉਹਨਾਂ ਵਾਸਤੇ ਇੱਕ ਬਹੁਤ ਸ਼ਰਮਨਾਕ ਗੱਲ ਹੈ ਕਿ ਜਿੱਦਾਂ ਉਹਨਾਂ ਦੇ ਬਾਕੀ ਵਾਅਦੇ ਫੇਲ ਹੋਏ ਨੇ ਸਾਰੇ ਪੰਜਾਬ ਦੇ ਵਿੱਚ, ਉੱਦਾਂ ਉਹ ਮਾਈਨਿੰਗ ਮਾਫੀਆ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਫੇਲ ਹੋ ਗਏ ਨੇ। ਕੱਲ੍ਹ ਯਾਨੀ ਕਿ 31 ਅਕਤੂਬਰ ਨੂੰ ਸਾਡੀ ਪਾਰਟੀ ਦੇ ਇੱਕ MLA ਦਾ ਵਫਦ ਅਗਮਪੁਰ ਪਿੰਡ ਅਨੰਦਪੁਰ ਸਾਹਿਬ ਮੌਕੇ 'ਤੇ ਜਾਵੇਗਾ। ਲਗਭਗ ਅਸੀਂ 11:30 ਤੋਂ ਲੈ ਕੇ 12 ਵਜੇ ਉੱਥੇ ਮੌਕੇ 'ਤੇ ਪਹੁੰਚਾਂਗੇ ਔਰ ਉੱਥੇ ਜਾ ਕੇ ਗਵਰਨਮੈਂਟ ਦੀ ਇਹ ਜਿਹੜੀ ਕਮਜ਼ੋਰ ਨੀਤੀ ਆ, ਮਿਲੀ ਭੁਗਤ ਆ ਮਾਫੀਆ ਦੇ ਨਾਲ, ਉਸ ਨੂੰ ਉਜਾਗਰ ਅਤੇ ਨੰਗੇ ਕਰਾਂਗੇ। ਲਾਸਟਲੀ ਮੈਂ ਕਹਿਣਾ ਚਾਹੁੰਦਾ ਕਿ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਹੋ ਰਹੀ ਹੈ, ਦੁਬਾਰਾ ਹੋ ਰਹੀ ਹੈ, ਮਜ਼ਾਕ ਬਣਾਇਆ ਜਾ ਰਿਹਾ ਸਾਡੇ ਗੁਰੂ ਸਾਹਿਬਾਨ ਅਤੇ ਉਹਨਾਂ ਨਾਲ ਰਿਲੇਟਡ ਇਤਿਹਾਸ ਦਾ। ਸਰਕਾਰੀ ਕਿਤਾਬਾਂ ਵਿੱਚ, ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਸਾਡਾ ਇਹ ਮੰਨਣਾ ਵਾ ਕਿ ਇਹ ਐਵੇਂ ਗਲਤੀਆਂ ਦਾ ਸਿਲਸਿਲਾ ਨਹੀਂ ਗਾ, ਇਹ ਇੱਕ ਗਿਣੀ ਮਿੱਥੀ ਸਾਜਿਸ਼ ਆ।
ਸਾਡੇ ਬੱਚਿਆਂ ਨੂੰ ਇਤਿਹਾਸ ਗਲਤ ਪੜਾਉਣ ਦਾ। ਔਰ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਦੇਖਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਗਲਤ ਫੈਸਲਾ ਰਿਫਲੈਕਟ ਕਰ ਰਿਹਾ, ਜਿਹੜਾ ਉਹਨਾਂ ਨੇ ਇੱਕ ਚੇਅਰਮੈਨ ਲਿਆਂਦਾ ਰਿਟਾਇਰਡ IAS ਅਫਸਰ ਫਰੋਮ ਰਾਜਸਥਾਨ। ਹਾਲਾਂਕਿ ਉਹ ਪੰਜਾਬੀ ਆ, ਕਹਿਣ ਨੂੰ ਗੁਰਦਾਸਪੁਰ ਦਾ ਵਾ, ਪਰ ਸਾਰੀ ਜ਼ਿੰਦਗੀ ਉਸਨੇ ਰਾਜਸਥਾਨ ਦੇ ਵਿੱਚ ਕੰਮ ਕੀਤਾ ਸੀਗਾ। ਹੀ ਹੈਜ਼ ਨੋ ਨੌਲੇਜ ਐਟ ਆਲ ਅਬਾਊਟ ਪੰਜਾਬ, ਹੀ ਹੈਜ਼ ਨੋ ਨੌਲੇਜ ਅਬਾਊਟ ਪੰਜਾਬੀ ਲੈਂਗੁਏਜ, ਹੀ ਹੈਜ਼ ਨੋ ਨੌਲੇਜ ਅਬਾਊਟ ਸਿੱਖ ਹਿਸਟਰੀ, ਹੀ ਹੈਜ਼ ਨੋ ਨੌਲੇਜ ਅਬਾਊਟ ਸਿੱਖ ਐਥੋਸ ਐਂਡ ਵੈਲਿਊਜ਼ ਐਂਡ ਕਲਚਰ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਉਹਦੀ ਅਪੁਆਇੰਟਮੈਂਟ ਰੱਦ ਕਰਨੀ ਚਾਹੀਦੀ ਹੈ। ਔਰ ਕੋਈ ਐਮੀਨੈਂਟ ਐਜੂਕੇਸ਼ਨਿਸਟ ਪੰਜਾਬ ਦੇ ਵਿੱਚ 3 ਕਰੋੜ ਆਬਾਦੀ ਵਿੱਚੋਂ ਤੁਹਾਨੂੰ ਕੋਈ ਇੱਕ ਬੰਦਾ ਅੱਛਾ ਨਹੀਂ ਲੱਭਿਆ ਜਿਹੜਾ ਪੰਜਾਬ ਦੇ ਸਕੂਲ ਐਜੂਕੇਸ਼ਨ ਬੋਰਡ ਨੂੰ ਹੈੱਡ ਕਰ ਸਕਦਾ ਸੀਗਾ? ਇਹ ਬਹੁਤ ਦੁੱਖਦਾਈ ਗੱਲ ਆ। ਔਰ ਇਹਦੇ 'ਤੇ ਅਸੀਂ ਕਹਿਣਾ ਚਾਹੁੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਐਮੀਨੈਂਟ ਐਜੂਕੇਸ਼ਨਿਸਟ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਲਾਉਣਾ ਚਾਹੀਦਾ। ਔਰ ਇਹਦੇ ਵਿੱਚ ਉਸ ਦੀ ਨਲੇਕੀ ਜਿਹੜੀ ਆ ਉਹ ਸਾਬਤ ਹੋ ਰਹੀ, ਭਾਵਾਂ ਕਿ ਉਹਨਾਂ ਨੇ ਰੈਕਟੀਫਾਈ ਕਰ ਦਿੱਤਾ ਆਪਣਾ ਫੈਸਲਾ ਕਿ ਅਸੀਂ ਪੁਰਾਣਾ ਸਿਲੇਬਸ ਰਿਸਟੋਰ ਕਰ ਦਿੱਤਾ, ਪਰੰਤੂ ਅੱਜ ਵੀ ਉਹਨਾਂ ਦੀ ਨਲੇਕੀ ਇਸ ਕਰਕੇ ਨਜ਼ਰ ਆ ਰਹੀ ਆ ਕਿ ਕੋਈ ਯੋਗ ਵਿਅਕਤੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਹੈੱਡ ਨਹੀਂ ਕਰ ਰਿਹਾ। ਅਤੇ ਅਖੀਰ ਵਿੱਚ ਮੈਂ ਕਹਿਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਕਿ ਕਿੰਨੇ ਡਰਾਮੇ ਕਰੋਗੇ ਤੁਸੀਂ, ਕਿੰਨੀਆਂ ਦੋਗਲੀਆਂ ਗੱਲਾਂ ਕਰੋਗੇ ਤੁਸੀਂ? ਤੁਸੀਂ ਕਹਿੰਦੇ ਹੋ ਕਿ ਅੰਮ੍ਰਿਤਸਰ ਰੇਲ ਹਾਦਸੇ ਦੇ ਵਿੱਚ ਕਿਸੇ ਨੂੰ FIR ਵਿੱਚ ਨਾਮਜ਼ਦ ਨਹੀਂ ਕੀਤਾ ਗਿਆ, ਇੰਨਾ ਝੂਠ ਬੋਲ ਸਕਦੇ ਹੋ ਤੁਸੀਂ? ਕੀ ਤੁਸੀਂ ਬਹਿਬਲ ਕਲਾਬ ਗੋਲੀ ਕਾਂਡ ਦੇ ਵਿੱਚ 2.5 ਸਾਲ ਕਿਸੇ ਵਿਅਕਤੀ ਨੂੰ ਨਾਮਜ਼ਦ ਕੀਤਾ ਸੀ ਪੁਲਿਸ ਵਾਲੇ ਨੂੰ? ਕੀ ਇਹ ਸੱਚ ਨਹੀਂ ਕਿ ਤੁਸੀਂ FIR ਬਹਿਬਲ ਕਲਾਂ ਦੀ ਅਨਆਈਡੈਂਟੀਫਾਈਡ ਅਣਪਛਾਤੇ ਬੰਦਿਆਂ ਦੇ ਖਿਲਾਫ ਰੱਖੀ ਸੀਗੀ? ਅੰਮ੍ਰਿਤਸਰ ਰੇਲ ਹਾਦਸੇ ਨੂੰ ਤਾਂ ਸ਼ਾਇਦ 10 ਦਿਨ ਹੋਏ ਨੇ, ਤੁਸੀਂ 2.5 ਸਾਲ ਕਿਸੇ ਨੂੰ ਨਾਮਜ਼ਦ ਨਹੀਂ ਹੋਣ ਦਿੱਤਾ, ਉਲਟਾ ਪੁਲਿਸ ਵਾਲਿਆਂ ਨੂੰ ਬਚਾਇਆ ਸ਼ਰੇਆਮ। ਕੀ ਇਹ ਦੋਹਰੇ ਮਾਪਦੰਡਗੇ? ਤੁਸੀਂ ਕਹਿੰਦੇ ਹੋ ਕਿ ਇਨਸਾਫ਼ ਨਹੀਂ ਦੇ ਰਹੀ ਪੰਜਾਬ ਦੀ ਸਰਕਾਰ ਰੇਲ ਹਾਦਸੇ 'ਤੇ, ਅਸੀਂ ਸਹਿਮਤ ਹਾਂ, ਪਰ ਤੁਹਾਡੇ ਮੂੰਹੋਂ ਨਹੀਂ ਸ਼ੋਭਦਾ, ਕਿਉਂਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਕੀ ਇਨਸਾਫ਼ ਦਿੱਤਾ ਸੀਗਾ? ਤੁਸੀਂ ਦੱਸੋ, ਸਮਝਾਓ ਕਿ 2.5 ਸਾਲ ਤੁਹਾਡਾ ਰਾਜ ਭਾਗ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਨੇਕਾਂ ਥਾਵਾਂ 'ਤੇ ਹੋਈ, ਬੁਰਜਵਾਰ ਸਿੰਘ ਤੋਂ ਲੈ ਕੇ, ਤੁਸੀਂ ਕੀ ਇਨਸਾਫ਼ ਦਿੱਤਾ ਸੀਗਾ? ਇਸ ਲਈ ਜੇ ਜਦੋਂ ਤੁਹਾਡਾ ਰਾਜ ਹੋਵੇ ਤਾਂ ਤੁਸੀਂ ਬੇਇਨਸਾਫ਼ੀ ਕਰੋ, ਅਤੇ ਜਦੋਂ ਕਿਸੇ ਹੋਰ ਦਾ ਰਾਜ ਹੋਵੇ ਤਾਂ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਸਿਆਸੀ ਰੋਟੀਆਂ ਸੇਕੋ। ਸ਼ਰਮ ਆਉਣੀ ਚਾਹੀਦੀ ਸੁਖਬੀਰ ਸਿੰਘ ਬਾਦਲ ਅਤੇ ਅਖੌਤੀ ਅਕਾਲੀਆਂ ਨੂੰ। ਔਰ ਨਾਲ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਟੈਕਸਟ ਬੁੱਕ ਦਾ ਹਵਾਲਾ ਦੇ ਕੇ, ਮੈਂ ਪੜ੍ਹ ਰਿਹਾ ਸੀਗਾ ਕਿ ਬਹੁਤ ਵੱਡੀ ਅਵੱਗਿਆ ਕੀਤੀ ਆ ਇਹਨਾਂ ਨੇ, ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਆ ਟੈਕਸਟ ਬੁੱਕਾਂ ਦੇ ਵਿੱਚੋਂ ਸਿਲੇਬਸ ਨੂੰ ਹਟਾ ਕੇ, ਉਸ ਨਾਲ ਅਸੀਂ ਸਹਿਮਤ ਹਾਂ।